ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਅੱਜ ਫੇ ਇੱਕ ਵਾਰੀ ਮਨ ਦੀ ਬਾਤ ਤੇ ਰਾਂ ਤੁੰਦੇ ਸਭ ਨੇ ਕਰੋੜੇ ਬੱਦੇ ਮੇਰੇ ਪਰਿਵਾਰ ਜਨੇ ਕੰਨਾ ਮਲਾਟੀ ਦਾ ਮੌਕਾ ਤੂ ਹੈ ਮਨ ਦੀ ਬਾਤ ਚ ਤੁੰਦਾ ਸਭ ਨੇ ਦਾ ਸਵਾਗਤ ਹੈ ਕਿਛ ਦਿਨ ਪਹਿਲੇ ਦੇਸ਼ ਨੇ ਇੱਕ ਐਸੀ ਉਪਲਬਧੀ ਹਾਸਲ ਕੀਤੀ ਹੈ ਜਿਹੜੀ ਅਸੀਂ ਸਭ ਨੇ 기 ਪ੍ਰੇਰਣਾ ਦਿੰਦੀ ਹੈ ਭਾਰਤ ਦੀ ਸਮਰਥ ਦੇ ਪ੍ਰਤੀ ਇੱਕ ਨਵਾਂ ਵਿਸ਼ਵਾਸ ਜਗਾਉਂਦੀ ਹੈ ਤੋ ਉਸ ਲੋਕ ਕ੍ਰਿਕਟ ਦੇ ਮੈਦਾਨ ਪਰ ਟੀਮ ਇੰਡੀਆ ਦੇ ਕੁਸੈਬ ਬੱਲੇਬਾਜ਼ 30 ਸੈਂਚਰੀ ਸੁਣੀਏ ਖੁਸ਼ ਹੁੰਦੇ ਹੋਗੇ ਪਰ 파ਰਤ ਨੇ ਇੱਕ ਹੋਰ ਮੈਦਾਨ ਚ ਸੈਂਚਰੀ ਮਾਰੀ ਹੈ ਤੇ ਉਹ ਬੜਾ ਖਾਸ ਹੈ ਇਸਮੀ ਨੇ ਪੰਜ ਤ੍ਰਿ ਗੀ ਦੇਸ਼ਾ ਚ ਯੂਨੀਕੌਰਨ ਦੀ ਗਿਣਤਰੀ 100 ਦੇ ਅੰਕੜੇ ਤੱਕ ਰਪੂਜੀ ਗਈ ਹੈ ਤੇ ਤੁਸੀਂ ਕਿਤੇ ਪਤਾ ਗਿਆ ਇੱਕ ਯੂਨੀਕੌਰਨ ਯਾਨੀ ਕਟ ਕੁਲਾਕਟ 7.5 ਹਜ਼ਾਰ ਕਰੋੜ ਰੁਪਏ ਦਾ ਸਟਾਰਟਅਪ ਇਹਨੇ ਯੂਨੀਕੌਰਨਸ ਦਾ ਕੁੱਲ ਮੁਲਿਆੰਕਨ 603 ਬਿਲੀਅਨ ਡਾਲਰ ਯਾਨੀ 5 ਲੱਖ ਕਰੋੜ ਰੁਪਏ ਕੁਲਾਬੀ ਮਤਾ ਹੈ ਯਕੀਨੀ ਤੌਰ 'ਤੇ ਪਰ ਇੱਕ ਗੱਲ ਹਰ ਭਾਰਤੀ ਲਈ ਮਾਨਨੇ ਵਾਲੀ ਗੱਲ ਹੈ ਤੁਸੀਂ ਕੀ ਇਹ ਜਾਣੀਏ ਵੀ ਇਰਾਨੀਓਕ ਜੇ ਸਾਡੇ ਕੁੱਲ ਯੂਨੀਕੌਰਨਸ ਚ 44 ਪਿਛਲੇ ਬਰੇ ਬਨੇ ਹੈ ਇੰਨਾ ਨਹੀਂ ਇਸ ਬਰੇ ਦੇ 3-4 ਮਹੀਨੇ ਜਿਗ ਹੈ 14 ਹੋਰ ਨਵੇਂ ਯੂਨੀਕੌਰਨ ਬਣ ਕੇ ਇਹਦਾ ਮਤਲਬ ਇਹ ਹੋਆ ਜੇ ਵਿਸ਼ਵਿਕ ਮਹਾਮਾਰੀ ਦੇ ਇਸ ਦੌਰ ਚ ਵੀ ਸਾਡੇ ਸਟਾਰਟਅਪਸ ਵੈਲਥ ਤੇ ਵੈਲਿਊ ਕਾਇਮ ਕਰਾ ਕਰਦੇ ਨੇ ਪਰ ਦੇ ਯੂਨੀਕੌਰਨਸ ਦੀ ਆਸਤਨ ਸਾਲਾਨਾ ਵਿਕਾਸ ਦਰ ਅਮਰੀਕਾ ਯੂਕੇ ਤੇ ਹੋਰਨੇ ਕਈਏ ਮੁਲਕਾਂ ਥਾਮੀ ਮਤੀ ਹੈ ਵਿਸ਼ਲੇਸ਼ਕਾਂ ਦਾ ਤੇ ਇਹ ਵੀ ਗਲਾਨਾ ਹੈ ਜੇ ਆਉਣਿਆਲੇ ਬਰਿੰਚ ਇਸ ਗਿੰਤਰੀ ਚ ਤੇਜ ਉਛਾਲ ਦਿਖਨੇ ਕੀ ਮਿਲੋਗਾ ਇੱਕ ਖਰੀ ਗੱਲ ਇੱਬੀ ਹੈ ਜੇ ਸਾਡੇ ਯੂਨੀਕੌਰਨ ਬਨ ਸਬੰਤਾ ਆਉਣਿਆਲੇ ਨਾ ਇਹ ਈ-ਕਾਮਰਸ ਫਿਨਟੈਕ ਐਡਟੈਕ ਬਾਇਓਟੈਕ ਨੇ ਕਈ ਖੇਤਰਾਂ ਚ ਕੰਮ ਕਰਾ ਕਰ ਦੇਣ ਇੱਕ ਹੋਰ ਗੱਲ ਜਿਸੇ ਮੈਂ ਮਤਅ ਮਤ ਪੂਰਨ ਮੰਨਣਾ ਉਹ ਹੈ ਜੇ ਸਟਾਰਟਅੱਪਸ ਦੀ ਦੁਨੀਆ ਨਿਊ ਇੰਡੀਆ ਦੀ ਭਾਵਨਾ ਕੀ ਦਰਸਾ ਕਰਦੀ ਹੈ ਅੱਜ ਭਾਰਤ ਦਾ ਸਟਾਰਟਅਪ ਤੰਤਰ ਛੜਾ ਵੱਡੇ ਸ਼ਹਿਰਾਂ ਤੱਕ ਰਗੈ ਸੀਮਿਤ ਨਹੀਂ ਹੈ ਲੋਕ ਕੇ ਲੋਕ ਕੇ ਸ਼ਹਿਰਾਂ ਤੇ ਕਸਬਿਆਂ ਥਮਾਂ ਵੀ ਉਦਮੀ ਸਾਹਮਣੇ ਆਵਾ ਕਰਦੇ ਨੇ ਇਹਦੇ ਸ਼ਾ ਪਤਾ ਲੱਗਦਾ ਹੈ ਜੇ ਭਾਰਤ ਜਿਹਦੇ ਕਾਸ਼ ਨਵੇਂ-ਨਵੇਂ ਵਿਚਾਰਨ ਉਹ ਵੈਲਥ ਬਣਾਈ ਸਕਦਾ ਹੈ ਸਾਥੀਓ ਦੇਸ਼ ਆ ਦੀਸ ਕਾਮਯਾਬੀ ਦੇ ਪਿੱਛੇ ਦੇਸ਼ ਆ ਦੀ ਯੁਵਾ ਸ਼ਕਤੀ ਦੇਸ਼ ਦੇ ਉਨਰ ਤੇ ਸਰਕਾਰ ਸੱਭੇ ਮਿਲিয়ে ਚਤਨ ਕਰਾ ਕਰਦੀ ਨਾ ਹਰ ਕਿਸੇ ਦਾ ਯੋਗਦਾਨ ਹੈ ਪਰ ਇਹਦੇ ਚ ਇੱਕ ਹੋਰ ਗੱਲ ਮਤ ਪੂਰਨ ਹੈ ਉਹ ਹੈ ਸਟਾਰਟਅਪ ਦੀ ਦੁਨੀਆ ਚ ਰਾਈਟ ਮੈਂਟੋਰਿੰਗ ਯਾਨੀ ਸਹੀ ਮਾਰਗਦਰਸ਼ਨ ਇੱਕ ਖਰਾ ਮਾਰਗਦਰਸ਼ਕ ਸਟਾਰਟਅਪ ਗੀ ਨਵੀਆਂ ਉਚਾਈਆਂ ਤੱਕ ਰਲ ਲਈ ਚਾਈ ਸਕਦਾ ਹੈ ਉਹ ਸੰਸਥਾਪਕੇ ਦਾ ਸਹੀ ਫੈਸਲੇ ਲਈ ਅਰ ਚਾਲੀ ਕਰਨੇ ਮਾਰਗਦਰਸ਼ਨ ਕਰੀ ਸਕਦਾ ਮੀਗੀ ਇਸ ਗੱਲੇ ਦਾ ਗਰਵ ਹੈ ਜੇ ਪਰਚ ਨੇ ਬੜੇ ਮਤੇ ਮਾਰਗਦਰਸ਼ਕਨ जिन्हें स्टार्टअप अगे बधानेप समर्पित करी करीते श्रीधर वेंबू जी हो हाल च पदम सम्मान आपू एक कामयाब उद्यमी ने पर हूए उन उद्यमियों की तैयार करने का भी बीड़ा चुकया है श्रीधर जी अपना काम ग्रामीण इलाके शुरू किया ग्रामीण युवाएं गी ग्रा च इस इलाके च करने लिए प्रोत्साहित करा कर सदन पडाकी जने लोग भी हैं जिने ग्रामीण उद्यमिता की बढ़ावा देने ਲਈ 2014 ਚ ਵਨ ਬ੍ਰਿਜ ਨਾ ਦਾ ਮੰਚ ਬਣਾਇਆ ਹ ਅਜ ਵਨ ਬ੍ਰਿਜ ਦੱਖਣੀ ਤੇ ਪੂਰਵੀ ਭਾਰਤ ਦੇ 75 ਮਤੇ ਜ਼ਿਲ੍ਹੇ ਚ ਮੌਜੂਦ ਹੈ ਇਹਦੇ ਕੰਨੇ ਜੁੜੇ ਦੇ ਨੌਜ਼ਰ ਸ਼ਮਤੇ ਗ੍ਰਾਮੀਣ ਉਦਮੀ ਗ੍ਰਾਮੀਣ ਉਪਭੋਗਤਾਇਆਂ ਦੀ ਵੀ ਆਪਣੀਆਂ ਸੇਵਾਵਾਂ ਉਪਲਬਧ ਕਰਵਾ ਕਰ ਦੇਨਾ ਮੀਰਾ ਸ਼ੈਨੋਏ ਜੀ ਵੀ ਐਸੀ ਗਹਿਕ ਮਿਸਾਲ ਨ ਉਹ ਗ੍ਰਾਮੀਣ ਜਨਜਾਤੀ ਤੇ ਦਿਵਿਆਂਗ ਯੁਵਾਇ ਲਈ ਬਾਜ਼ਾਰ ਕੰਨੇ ਜੁੜੀ ਦੀ ਉਨਰ ਸਰਬੰਦੀ ਸਿਖਲਾਈ ਦੇ ਖੇਤਰ ਚ ਕਾਬਿਲ ਜ਼ਿਕਰ ਕੰਮ ਕਰਾ ਕਰਦੀਆਂ ਮੈਂ ਇੱਥੇ ਤੇ ਕਿਸ਼ਗ ਦਾ ਨਾਂ ਲਿਆ ਤਿੰਨ ਪਰ ਅੱਜ ਸਾਡੇ ਬਿਸ਼ਕਾਰ ਮਾਰਗਦਰਸ਼ਕਾਂ ਦੀ ਕਮੀ ਨਹੀਂ ਹੈ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਜੇ ਸਟਾਰਟਅਪ ਲਈ ਅੱਜ ਦੇ ਸੱਚ ਇੱਕ ਪੂਰੀ ਸਹਾਇਤਾ ਪ੍ਰਣਾਲੀ ਤਿਆਰ ਹੋਆ ਕਰਦੀ ਹੈ ਮੇਕੀ ਵਿਸ਼ਵਾਸ ਹੈ ਜੇ ਆਉਣ ਵਾਲੇ ਸਮੇਂ ਚ ਅਸੰਗੀ ਪਰ ਦੇ ਸਟਾਰਟਅਪ ਵਰਲਡ ਦੀ ਤਰੱਕੀ ਦੀ ਨਵੀਂ ਡੁਵਾਰੀ ਦੇਖਣੇ ਮਿਲੋਗੇ ਸਾਥੀਓ ਇਸ ਦਿਨੇ ਪਹਿਲੇ ਮਿਗੀ ਇੱਕ ਐਸੀ ਦਿਲਚਸਪ ਅਤੇ ਆਕਰਸ਼ਕ ਚੀਜ਼ ਮਿਲੀ ਜਿਹਦੇ ਚ ਦੇਸ਼ਵਾਸੀਆਂ ਦੀ ਰਚਨਾਤਮਕਤਾ ਕਿਉਂ ਦੀ ਕਲਾ ਸਰਬੰਦੀ ਪ੍ਰਤਿਭਾ ਦਾ ਰੰਗ ਪ੍ਰੋਚਿਤ ਹੈ ਇੱਕ ਤੋਹਫਾ ਹੈ ਜਿਸੀ ਤਮਿਲਨਾਡੂ ਦੇ ਥੰਜਾਵੁਰ ਦੇ ਇੱਕ ਆਪਸਾਈਤਾ ਸਮੂਹ ਨਾਮ ਹੈ ਮਿਗੀ ਪੇਜਾ ਇਸ ਤੋਹਫੇ ਚ ਭਾਰਤੀਤਾ ਦੀ ਖੁਸ਼ਬੂ ਹੈ ਤੇ ਮਾਤ੍ਰਿ ਸ਼ਕਤੀ ਦੇ ਅਸ਼ੀਰਵਾਦ ਮੇਰੇ ਉੱਪਰ ਉੰਦੇ ਇਰਖਾ ਦੀ ਵੀ ਚਲਕ ਹੈ ਇੱਕ ਵਿਸ਼ੇਸ਼ ਥੰਜਾਵੁਰ ਡਾਲ ਹੈ ਜਿਸੀ GI ਟੈਗ ਵੀ ਮਿਲਦਾ ਹੈ ਮੈਂ ਥੰਜਾਵੁਰ ਆਪਸਾਇਤਾ ਸਮੂਹੀ ਚੇਚੇ ਤੋਰਿਆ ਪਰ ਧੰਨਵਾਦ ਦਿਨਾ ਜਿਉਨੇ ਮਿਗੀ ਮਕਾਮੀ ਸੰਸਕ੍ਰਿਤੀ ਚ ਰਚੇ ਬਸੇਦਾ ਇਹ ਤੋਹਫਾ ਭੇਜਿਆ ਹੂੰਆਂ ਸਾਥਿਓ ਇਹ ਥੰਜਾਵੁਰ ਡਾਲ ਜਿੰਨੀ ਖੂਬਸੂਰਤ ਹੁੰਦੀ ਹੈ ਉਨੀ ਗਹਿ ਖੂਬਸੂਰਤੀ ਕੰਨ ਹੈ ਇਹ ਮਹਿਲਾ ਸਸ਼ਕਤੀਕਰਨ ਦੀ ਨਮੀ ਕਾਥਾ ਵੀ ਲਿਖਾ ਕਰਦੀ ਹੈ ਥੰਜਾਵੁਰ ਚ ਮਹਿਲਾਇਂ ਦੇ ਆਪਸਾਇਤਾ ਸਮੂਦ ਦੇ ਸਟੋਰ ਤੇ ਕਿਓਸਕ ਵੀ ਖੁੱਲਾ ਕਰਦੇ ਨਾ ਇਹਦੀ ਵਜ੍ਹਾ ਕਰੀ ਕਿੰਨੇ ਗਏ ਗਰੀਬ ਪਰਵਾਰਾਂ ਦੀ ਜ਼ਿੰਦਗੀ ਬਦਲੀ ਗਈ ਹੈ ਨੇ ਕਿਓਸਕ ਤੇ ਸਟੋਰ ਦੀ ਸਹਾਇਤਾ ਕਰਨਾ ਮਹਿਲਾ ਉਹਨਾਂ ਆਪਣੇ ਉਤਪਾਦ ਗਾਕ ਕੇ ਸਿੱਧੇ ਵੇਚੀ ਸਕਾ ਕਰਦੀਆਂ ਇਸ ਪਹਿਲ ਕੀ ਥਾਰ ਗਈਕਲ ਕੇ ਵਿਨਈ ਪੁਰਤਕਲ ਵਿਰਪਨਈ ਅੰਗਾੜੀ ਨਾ ਦਿੱਤਾ ਗਿਆ ਖਾਸ ਗੱਲ ਇਹ ਹੈ ਜੇ ਇਸ ਪਹਿਲ ਕਨੇ ਬਾਈ ਆਪ ਸਹਾਇਤਾ ਸਮੂਹ ਜੁੜੇ ਦਿਨ ਤੁਸੇਂ ਕੀ ਵੀ ਇਹ ਜਾਣੀਏ ਖਰਾ ਲੱਗੋਗ ਜੇ ਮਹਿਲਾ ਸੈਲਫ ਹੈਲਪ ਗਰੁੱਪ ਮਹਿਲਾ ਸਵੈਮ ਸਹਾਇਤਾ ਸਮੂਹ ਦੇ ਇਹ ਸਟੋਰ ਥੰਜਾਵੁਰ ਚ ਬੜੀ ਗੇ ਮੁੱਖ ਥਾਰੇ ਪਰ ਖੁੱਲੇ ਦਿਨ ਇੰਦੀ ਦਿਖ ਰਿਕ ਦੀ ਪੂਰੀ ਜ਼ਿੰਮੇਦਾਰੀ ਵੀ ਮਹਿਲਾ ਗਠਵਾ ਕਰਤੀਆਂ ਨੇ ਇਹ ਮਹਿਲਾ ਆਪ ਸਹਿਯਤਾ ਸਮੂਹ ਤੰਜਾਵੁਰ ਡਾਲ ਤੇ ਬ੍ਰੌਂਜ਼ ਲੈਂਪਸ ਨੇ ਜੀਆਈ ਉਤਪਾਦ ਦੇ ਅਲਾਵਾ ਖਡਾਉਣੇ ਚਟਾਈ ਤੇ ਕ੍ਰਿਤ੍ਰਿਮ ਗਿਆਨੇ ਵੀ ਬਣਾਉਂਦੇ ਨੇ ਐਸੇ ਸਟੋਰ ਦੀ ਵਜ੍ਹਾ ਕਰੀ ਜੀਆਈ ਉਤਪਾਦ ਦੇ ਕਨਕਨ ਦਸਤਕਾਰੀ ਦੇ ਉਤਪਾਦਨ ਦੀ ਵਿਕਰੀ ਚ ਬੜੀ ਤੇਜ਼ੀ ਦਿਖਣੇ ਗਈ ਮਿਲੀ ਹੈ ਇਸ ਮਹਿੰਮ ਦੀ ਵਜ੍ਹਾ ਕਰੀ ਨਾਚੜਾ ਕਾਰੀਗਰਾਂ ਨੂੰ ਵੀ ਬੜਾਵਾ ਮਿਲਿਆ ਸਗੁਆਂ ਮਹਿਲਾਇਂ ਦੀ ਆਮਦਨ ਵਧਨੇ ਕੰਨ ਉਂ და ਸਸ਼ਕਤੀਕਰਨ ਵੀ ਉਹ ਕਰਦਾ ਹੈ ਮੇਰੀ ਮਨ ਕੀ ਬਾਦ ਦੇ শ্রোਤਾਇ ਤੁਮਾ ਵੀ ਇੱਕ ਗੁਜ਼ਾਰਿਸ਼ ਹੈ ਤੂਸ ਆਪਣੇ ਇਲਾਕੇ ਚ ਇਹ ਪਤਾ ਲਾਓ ਜੇ ਕਿਹੜੇ ਮਹਿਲਾ ਆਪਸਾਈਤਾ ਸਮੂਹ ਕੰਮ ਕਰਾ ਕਰ ਦੇਣਾ ਉਨਦੇ ਉਤਪਾਦਨ ਦੇ ਬਾਰੇ ਚ ਵੀ ਤੁਸ ਜਾਣਕਾਰੀ ਜੁਟਾਓ ਤੇ ਮਤੇ ਕੋਲਾ ਮਤਾ ਇਨੇ ਉਤਪਾਦਨ ਕੀ ਇਸਤੇਮਾਲ ਚਾਨੋ ਨਿਆ ਕਰੀਏ ਤੁਸ ਆਪਸਾਈਤਾ ਸਮੂਹ ਦੀ ਆਂਦਨ ਵਧਾਣੇ ਚ ਤੇ ਮਦਦ ਕਰਗੇਗਾ ਆਤਮ ਨਿਰਭਰ ਭਾਰਤ ਅਭਿਆਨ ਕੀ ਵੀ ਰਫਤਾਰ ਦੇ ਕੇ ਸਾਥੀਓ ਸਾਡੇ ਦੇਸ਼ਾਂ 'ਚ ਕਈ ਸਾਰੀ ਪਾਸ਼ਾਏ ਲਿਪੀਆਂ ਤੇ ਬੋਲੀਆਂ ਦਾ ਸਮ੍ਰਿੱਧ ਖਜ਼ਾਨਾ ਹੈ ਬਕਬਕ ਖੇਤਰ 'ਚ ਬਕੜਾ ਬਕੜਾ ਪਹਿਨਾਵਾ ਖਾਣ-ਪਾਨ ਤੇ ਸੰਸਕ੍ਰਿਤੀ ਇਸਾੜੀ ਪੰਛਾਨ ਹੈ ਇਹ ਡਾਈਵਰਸਿਟੀ ਇਹ ਬੰਦਸਬੰਤਾ ਇੱਕ ਰਾਸ਼ਟਰ ਦੇ ਰੂਪੇ 'ਚ ਅਸੰਗੀ ਮਤਾ ਸਸ਼ਕਤ ਕਰਦੀ ਹੈ ਤੇ ਇੱਕ ਜੁਟ ਰੱਖਦੀ ਹੈ ਇਹਦੇ ਕੰਨਾਂ ਗਏ ਜੁੜੀ ਦੀ ਇੱਕ ਬੜੀ ਪ੍ਰੇਰਣਾ ਦੇਣ ਵਾਲੀ ਮਿਸਾਲ ਹੈ ਇੱਕ ਤੀ ਕਲਪਨਾ ਦੀ ਜਿਸਿ ਮੈਂ ਤੁੰਦੇ ਸਭਨੇ ਦੇ ਕੰਨੇ ਸਾਂਝੀ ਕਰਨਾ ਚਾਹਨਾ ਉੰਦਾ ਨਾਂ ਕਲਪਨਾ ਹੈ ਪਰ ਉਹਦੀ ਕੋਸ਼ਿਸ਼ ਇੱਕ ਭਾਰਤ શ્રેષ્ઠ ਭਾਰਤ ਦੀ ਸੱਚੀ ਪਵਨਾ ਕਰਨ ਨਪਰੋਚੀ ਦੀ ਹੈ ਦਰਸਲ ਕਲਪਨਾ ਨੇ ਹਾਲਜੇ ਗੈਰ ਕਰਨਾਟਕਾ ਚ ਆਪਣਾ ਦਸਵੀਂ ਦਾ ਅੰਦਿਆਨ ਪਾਸ ਕੀਤਾ ਪਰ ਉਹਦੀ ਕਾਮਯਾਬੀ ਦੀ ਬੜੀ ਖਾਸ ਗੱਲ ਇਹ ਹੈ ਜੇ ਕਲਪਨਾ ਕੀ ਕਿਸ ਸਮੇਂ ਪਹਿਲੇ ਤੱਕ ਅਕਰ ਕੰਨੜਾ ਭਾਸ਼ਾ ਕੇ ਨਹੀਂ ਆਉਂਦੀ ਸੀ ਉਹਨੇ ਨਾ ਚੜਾ ਤ੍ਰੰਮੀ ਨੇ ਚ ਕੰਨੜਾ ਭਾਸ਼ਾ ਸਿੱਖੀ ਸਗਵਾ 92 ਨੰਬਰ ਵੀ ਆਨੀ ਹੈ ਦਸੇ ਤੁਸੀਂ ਕੀ ਇਹ ਜਾਣੀ ਹੈ ਹਨ ਗੀਓ ਹਰਦੀਓਗ ਬਾਰੇ ਸੱਚੇ ਉਹਨਾਂ ਦੇ ਬਾਰੇ ਚ ਹੋਰ ਵੀ ਕਈ ਗੱਲਾਂ ਐਸੀਆਂ ਜਿਹੜੀਆਂ ਤੁਸੀਂ ਗੀਰਾਨ ਵੀ ਕਰਨਗਨ ਤੇ ਪ੍ਰੇਰਣਾ ਵੀ ਦੇੰਗਨ ਕਲਪਨਾ ਮੂਲ ਰੂਪਕੰਨ ਐ ਉਤਰਾਖੰਡ ਦੇ ਜੋਸ਼ੀ ਮੱਠ ਦੀ ਰੌਣੀ ਵਾਲੀਆਂ ਉਹ ਪਹਿਲੇ ਟੀਬੀ ਤੋਂ ਮਾ ਪੀੜਿਤ ਰਹੀਆਂ ਹੀਆਂ ਤੇ ਜਿਸ ਲਈ ਉਹ 30 ਕਲਾਸ ਚ ਹੀਆਂ ਉਸ ਲਈ ਉਹਦੀ ਅੱਖੀ ਦੀ ਲੋ ਵੀ ਚਲੀ ਗਈ ਹੀ ਪਰ ਆਖਦੇ ਨਾ ਜਹਾਂ ਚਾਹ ਵਹਾਂ ਰਾਹ ਕਲਪਨਾ ਬਾਚ ਮੈਸੂਰੂ ਦੀ ਰੌਣੀ ਵਾਲੀ ਪ੍ਰੋਫੈਸਰ ਤਾਰਾ ਮੁਰਤੀ ਉਨ ਦੇ ਸੰਪਰਕ ਚਾਈ ਜਿਨੇ ਨਾ ਛੜਾ ਉਹਨੇ ਕੀ ਪ੍ਰੋਤਸਾਹਿਤ ਕੀਤਾ ਸਗੂਆਂ ਅਰ ਚਾਲੀ ਕਰਨਾ ਉਹਦੀ ਮਦਦ ਵੀ ਕੀਤੀ ਅੱਜ ਜੋ ਆਪਣੀ ਮਿਹਨਤ ਕਰਨਾ ਅਸੀਂ ਸਭਨੇ ਲਈ ਇੱਕ ਮਿਸਾਲ ਬਣੀ ਗਈਆਂ ਨਾ ਮੈਂ ਕਲਪਨਾ ਕੀ ਉਹਦੇ ਹੌਸਲੇ ਲਈ ਵਧਾਈ ਦਿੰਨਾ ਇਸੇ ਚਾਲੀ ਸਾਡੇ ਦੇਸ਼ ਵਿੱਚ ਕਈ ਐਸੇ ਲੋਕ ਵੀ ਹਨ ਜਿਹੜੇ ਦੇਸ਼ ਦੀ ਭਾਸ਼ਾਈ ਬੰਦ ਸਬੰਤਾ ਕੀ ਮਜ਼ਬੂਤ ਕਰਨੇ ਦਾ ਕੰਮ ਕਰਾ ਕਰ ਦਿਨ ਨੀਗ ਹੈ ਇੱਕ ਸਾਥੀ ਨਾ ਪੱਛਮ ਬੰਗਾਲ ਚ ਪੁਰੂਲੀਆ ਦੇ ਸ਼੍ਰੀਪਤੀ ਟੂਡੂ ਜੀ ਟੂ ਟੂਜੀ ਪੁਰਲਿਆ ਦੀ ਸਿੱਧੋ ਕਾਨੋ ਬਿਰਸਾ ਯੂਨੀਵਰਸਿਟੀ ਚ ਸੰਥਾਲੀ ਭਾਸ਼ਾ ਦੇ ਪ੍ਰੋਫੈਸਰ ਨੇ ਉਹਨੇ ਸੰਥਾਲੀ ਸਮਾਜ ਲਈ ਉੰਦੀ ਆਪਣੀ ਓਲ ਚਿੱਕੀ ਲਿਪੀ ਚ ਦੇਸਾ ਦੇ ਸੰਵਿਧਾਨ ਦੀ ਕਾਪੀ ਤਿਆਰ ਕੀਤੀ ਹੈ ਸ਼੍ਰੀਪਤੀ ਟੂ ਟੂਜੀ ਆਖਦੇ ਨੇ ਜੇ ਸਾਡਾ ਸੰਵਿਧਾਨ ਸਾਡੇ 30 ਸਾ ਦੇ ਹਰ ਇੱਕ ਬਸਨੀ ਗੀ ਉਹਦੇ ਅਧਿਕਾਰ ਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦਾ ਹੈ ਇਸ ਕਰਕੇ ਹਰ ਇੱਕ ਬਸਨੀ ਗੀ ਇਹਦੇ ਕੰਨਾਂ ਵਾਕਫ ਹੋਣਾ ਜ਼ਰੂਰੀ ਹੈ ਇਸ ਕਰਕੇ ਉਹਨੇ ਸੰਥਾਲੀ ਸਮਾਜ ਲਈ अपनी लिपि संविधान की कॉपी तैयार करिए पेंट सौगात के रूप में दी है मैं श्रीपति जी हं सोच उन्हें जतने की सराहना करना ए, एक भारत श्रेष्ठ भारत की दी भावना दींदी जागती दी मिसाल है इस भावना अगें बधाने सारे जत्ने के बारे तुसें क भारत श्रेष्ठ भारत की वैबसाइट पर भी जानकारी मिलग इतें तुसें खान पान कला संस्कृति ਸੈਲਸਫਾ ਸਮੇਤ ਐਸੇ ਕਈ ਵਿਸ਼ੇ ਪਰ ਗਤੀਵਿਧੀਆਂ ਦੇ ਬਾਰੇ ਚ ਪਤਾ ਲੱਗੋਗ ਤੁਸੀਂ ਨੇ ਗਤੀਵਿਧੀਆਂ ਚ ਹਿੱਸਾ ਵੀ ਲਈ ਸਕਦੇ ਹੋ ਇਹਦੇ ਕੰਨ ਤੁਸੀਂ ਗੀ ਆਪਣੇ ਦੇਸ਼ਾ ਦੇ ਬਾਰੇ ਚ ਜਾਣਕਾਰੀ ਵੀ ਮਿਲੋਗ ਤੇ ਤੁਸੀਂ ਦੇਸ਼ਾ ਦੀ ਬੰਸਬੰਤਾ ਕੀ ਮਹਿਸੂਸ ਵੀ ਕਰਗੇ ਮੇਰੇ ਪਿਆਰੇ ਦੇਸ਼ਵਾਸੀਓ ਇਸ ਬਿਲ ਸਾਰੇ ਦੇਸ਼ਾ ਚ ਉੱਤਰਾਖੰਡ ਦੇ ਚਾਰ ਤਾਮ ਦੀ ਪਵਿੱਤਰ ਯਾਤਰਾ ਚਲਾ ਕਰਤੀ ਹੈ ਚਾਰ ਤਾਮ ਤੇ ਖਾਸ ਕਰੀਏ ਕੇਦਾਰਨਾਥ ਚ ਹਰ ਦਿਨ ਜਾਰੇ ਦੀ ਗੈਂਟਰੀ ਚ ਸ਼ਰਧਾਲੂ ਉੱਥੇ ਪੂਜਾ ਕਰਦੇ ਨੇ ਲੋਕ ਆਪਣੀ ਚਾਰਤਾਂ ਯਾਤਰਾ ਦੇ ਸੁਖਦ ਅਨੁਭਵ ਸਾਂਝੇ ਕਰਾ ਕਰ ਦੇਣ ਪਰ ਮੈਂ ਇੱਭੀ ਦੇਖਿਆ ਜਿ ਸ਼ਰਧਾ ਲੋਕ ਕੇਦਾਰਨਾਥ ਚ ਕਿਸ਼ ਯਾਤਰੀਆਂ ਅਸਿਆ ਫਲਾਈ ਜਾ ਕਰਦੀ ਗੰਦਗੀ ਦੀ ਵਜ੍ਹਾ ਕਰੀ ਬੜੇ ਦੁਖੀ ਬੀਨ ਸੋਸ਼ਲ ਮੀਡੀਆ ਪਰ ਵੀ ਕਈ ਲੋਕਾਂ ਆਪਣੀ ਗੱਲ ਰੱਖੀ ਹੈ ਅਸ ਪਵਿੱਤਰ ਯਾਤਰਾ ਪ੍ਰਚਾਤ ਹੈ ਤੇ ਉੱਥੇ ਗੰਦਗੀ ਦਾ ਢੇਰ ਹੋ ਹੈ ਇਹ ਠੀਕ ਨਹੀਂ ਪਰ ਸਾਥੀਓ ਇਨੇਸ਼ ਕਹਤੇ ਮਿਸ਼ਕਾਰ ਕਈ ਖਰੀ ਤਸਵੀਰਾਂ ਵੀ ਦਿਖਣੇ ਕੀ ਮਿਲਾ ਕਰਦੀਆਂ ਜਿੱਥੇ ਸ਼ਰਧਾ ਹੈ ਉੱਥੇ ਸਿਰਜਣ ਤੇ ਸਕਾਰਾਤਮਕਤਾ ਵੀ ਹੈ ਕਈ ਸ਼ਰਧਾਲੂ ਐਸੇ ਵੀ ਹਨ ਜਿਹੜੇ ਬਾਬਾ ਕੇਦਾਰੂਨ ਦੇ ਧਾਮ 'ਚ ਦਰਸ਼ਨ ਪੂਜਨ ਦੇ ਕੰਨਿਆ-ਕੰਨ ਸਵੱਛਤਾ ਦੀ ਸਾਧਨਾ ਵੀ ਕਰਾ ਕਰਦੇ ਨੇ ਕੋਈ ਆਪਣੇ ਠਹਿਰਨੇ ਦੀ ਥਾਰਾ ਕਾਸ਼ ਸਫਾਈ ਕਰਾ ਕਰਦਾ ਹੈ ਤਾਂ ਕੋਈ ਯਾਤਰਾ ਮਾਰਗ ਥਮਾ ਕੂੜਾ ਕਚਰਾ ਸਾਫ ਕਰਾ ਕਰਦਾ ਹੈ ਸਵੱਛ ਭਾਰਤ ਅਭਿਆਨ ਟੀਮ ਕੰਨ ਮਿਲੀ ਕੇ ਕਈ ਸੰਸਥਾ ਤੇ ਸਵੈਮ ਸੇਵੀ ਸੰਗਠਨ ਵੀ ਉੱਥੇ ਕੰਮ ਕਰਾ ਕਰਦੇ ਨੇ ਸਾਥੀਓ ਸਾੜੇ ਇਥੇ ਜੀਆਂ ਤੀਰਥ ਯਾਤਰਾ ਦਾ ਮਤਵ ਹੁੰਦਾ ਊਆਂ ਗਏ ਤੀਰਥ ਸੇਵਾ ਦਾ ਵੀ ਮਤਵ ਦੱਸਿਆ ਗਿਆ ਤੇ ਮੇਤੇ ਵੀ ਆਖੰ ਤੀਰਥ ਸੇਵਾ ਦੇ ਬਗੈਰ ਤੀਰਥ ਯਾਤਰਾ ਵੀ ਅਧੂਰੀ ਹੈ ਦੇਵ ਭੂਮੀ ਉੱਤਰਾਖੰਡ ਚ ਨੇ ਕਿੰਨੇ ਗਾ ਲੋਕ ਨ ਜਿਹੜੇ ਸਵੱਛਤਾ ਤੇ ਸੇਵਾ ਦੀ ਸਾਧਨਾ ਚ ਲੱਗੇ ਦਿਨ ਰੁਦਰ ਪ੍ਰਿਆਗ ਦੇ ਰੌਣੀ ਵਾਲੇ ਸ਼੍ਰੀਮਾਨ ਮਨੋਜ ਬੈਂਜਵਾਲ ਜੀ ਉਹਨ ਦੇਸ਼ਾ ਵੀ ਤੁਸੇਂ ਕੀ ਬੜੀ ਪ੍ਰੇਰਣਾ ਮਿਲੋਗ ਮਨੋਜੀ ਹੋਰੇ ਪਿਛਲੇ 5 ਬਰਾਂ ਤੋਂ ਮਾ ਪਰਿਆਵਰਣ ਦੇ ਦਿਖ ਰਿਖ ਦਾ ਬੀੜਾ ਚੁੱਕੀ ਰੱਖੇਦਾ। ਉਹ ਸਵੱਛਤਾ ਦੀ ਮੀਮ ਚਲਾਣੇ ਦੇ ਕੰਨਗ ਹੈ। ਪਵਿੱਤਰ ਥਾਰੇਂ ਕੀ ਪਲਾਸਟਿਕ ਮੁਕਤ ਕਰਨੇ ਚ ਵੀ ਜੂਟੇ ਤੇ ਰਹੁੰਦੇ ਨੇ। ਉੱਤੰਗਾ ਗੁਪਤ ਕਾਸ਼ੀ ਚਰਾਉਣੀ ਵਾਲੇ सुरेंद्र ਬਗવાડી ਜੀ ਹੋਰੇ ਵੀ ਸਵੱਛਤਾ ਕੀ ਆਪਣਾ ਜੀਵਨ ਮੰਤਰ ਬਨਾਈ ਲਾਤਾ ਹੈ। ਉਹ ਗੁਪਤ ਕਾਸ਼ੀ ਚ ਨਿਯਮਿਤ ਰੂਪ ਕਰਨੇ ਸਫਾਈ ਕਾਰਜਕ੍ਰਮ ਚਲਾਉਂਦੇ ਨੇ ਤੇ ਮੇਗੀ ਪਤਾ ਲੱਗਾ ਜਿਸ ਅਭਿਆਨ ਦਾ ਨਾਮ ਵੀ ਉਨੇ ਮਨ ਕੀ ਬਾਤ ਰੱਖੀ ਲੱਤੈ। ਇਸ ਸੱਚ ਲਈ ਦੇਵਰ ਗ੍ਰਾਂਧੀ ਚੰਪਾ ਦੇਵੀ ਪਿਛਲੇ ਤਰ੍ਹਾਂ ਬਰੇਂ ਥਮਾ ਆਪਣੇ ਗ੍ਰਾਂਧੀ ਮਹਿਲਾਇਆਂ ਕੀ ਕੂੜਾ ਪ੍ਰਬੰਧਨ ਯਾਨੀ ਵੇਸਟ ਮੈਨੇਜਮੈਂਟ ਸਿਖਾ ਕਰਤੀਆਂ। ਚੰਪਾ ਜੀ ਹੋਰੇ ਸੈਂਕੜੇ ਬੂਟੇ ਬਿਲਾਇਨ ਤੇ ਉਨੇ ਆਪਣੀ ਮਿਹਨਤ ਕਰਨਾ ਇੱਕ ਅਰਾਪਰਾ ਜੰਗਲ ਤਿਆਰ ਕਰੀ ਦਿੱਤਾ। ਸਾਥੀਓ ਨੇਗ ਲੋਕਾਂ ਦੇ ਜਤਨੇ ਕਰਨਾ ਦੇਵ ਭੂਮੀ ਤੇ ਤੀਰਥੇ ਦੀ ਓਕੜੀ दैवीय ਅਨੁਭੂਤੀ ਬਣੀ ਤੀ ਕਿ। ਜਿਸੀ ਅਨੁਭਵ ਕਰਨੇ ਆਸੁੱਥੇ ਜੰਨੀ ਆ ਇਸ ਦੇਵਤਵ ਤੇ ਅਧਿਆਤਮਿਕਤਾ ਕੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਸਾਡੀ ਬੀਤੇ ਆ 1930 ਚ ਚਾਰਤਾਂ ਯਾਤਰਾ ਦੇ ਕੰਨੋਂ ਕੰਨੀ ਆਉਣ ਵਾਲੇ ਸਮੇਂ ਚ ਅਮਰਨਾਥ ਯਾਤਰਾ ਪੰਡਰਪੁਰ ਯਾਤਰਾ ਤੇ ਜਗਨਨਾਥ ਯਾਤਰਾ ਜਨਈ ਕਈ ਯਾਤਰਾਉਂ ਗਨ ਸੋਨ ਮਹੀਨੇ ਚ ਤੇ ਸ਼ਾਇਦ ਹਰ ਗਾਂਚ ਕੋਈ ਨਾ ਕੋਈ ਮੇਲਾ ਲੱਗਦਾ ਹੈ ਸਾਥੀਓ ਅਸ ਜਿੱਥੇ ਕੁਦਰਤ ਵੀ ਜਾਚ ਹੈ ਇਹਨੇ ਤੀਰਥ ਸਥਾਨੇ ਦੀ ਗરિਮਾ ਬਣਿਤ ਰਿਹਾ ਹੈ ਪਵਿੱਤਰਤਾ ਸਾਫ ਸਫਾਈ ਇੱਕ ਪਵਿੱਤਰ ਵਾਤਾਵਰਨ ਅਸੀਂ ਇਸੀ ਕਦੇ ਨਹੀਂ ਭੁੱਲਣਾ ਉਸੇ ਪੱਕ ਗੇ ਬਣਾਈ ਰੱਖੋ ਤੇ ਇਸ ਕਰੀਏ ਜ਼ਰੂਰੀ ਹੈ ਜੇ ਅਸ ਸਵੱਛਤਾ ਦੇ ਤਈਏ ਕੀ ਚੇਤਾ ਰੱਖ ਜਾਏ ਕਿਛ ਦਿਨ ਬਾਅਦ ਗਏ 5 ਜੂਨ ਕੀ ਵਿਸ਼ਵ ਪਰਿਆਵਰਨ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ ਪਰਿਆਵਰਨ ਕੀ ਲਈ ਕੇ ਅਸੀਂ ਕੀ ਆਪਣੇ ਆਲੇ ਦੁਆਲੇ ਸਕਾਰਾਤਮਕ ਅਭਿਆਨ ਚਲਾਣੇ ਲੋੜ ਚ ਦੇਣਾ ਤੇ ਇਹ ਲਗਾਤਾਰ ਕਰਨੇ ਵਾਲਾ ਕੰਮ ਹੈ ਤੁਸ ਇਸ ਬਾਰੀ ਸਭਨੇ ਕੀ ਕਿੱਥੇ ਜੋੜੀ ਹੈ स्वच्छता रुख बूटे लाने किश कोश पक करो तुस आपू भी बूटे लाओ ते दूए गी भी प्रेरित करो मेरे प्यारे देशवासियों अगले महीने 21 जून की अस अठव अंतर्राष्ट्रीय योग दिवस मनाने आए इस बारे योग दिवस का विषय है योग फॉर ह्यूमैनिटी मैं तुसे सबने की योग दिवस की बड़े जोश मनाने गुजारिश करगा हाँ कोरोना दियां सावधानियां भी बरतो ਉਨਾ ਉਤੇ ਪੂਰੀ ਦੁਨੀਆ ਚ ਕਰੋਨਾ ਦੇ ਲਈ ਇਹ ਹਾਲਾਤ ਪਹਿਲੇ ਥਮਾ ਕੇ ਬਿਹਤਰ ਲੱਗਾ ਕਰ ਦਿਨ ਮਤੇਸ਼ਾ ਮਤੇ ਵੈਕਸੀਨੇਸ਼ਨ ਕਵਰੇਜ ਦੀ ਵਜ੍ਹਾ ਕਰੀ ਉਹ ਲੋਕ ਪਹਿਲੇ ਥਮਾ ਕਈ ਮਤਾ ਬਾਰ ਵੀ ਨਿਕਲਾ ਕਰ ਦਿਨ ਇਸ ਕਰਕੇ ਪੂਰੀ ਦੁਨੀਆ ਚ ਯੋਗ ਦਿਵਸ ਲਈਏ ਬੜੀ ਤਿਆਰੀਆਂ ਵੀ ਦਿਖਣੇ ਕੀ ਮਿਲ ਕਰਤੀਆਂ ਕਰੋਨਾ ਮਹਾਮਾਰੀ ਨੇ ਅਸੀਂ ਸਭ ਨੇ ਕੀ ਇਹ ਅਹਿਸਾਸ ਵੀ ਕਰਵਾਇਆ ਹੈ ਜਿਸ ਸਾਡੇ ਜੀਵਨ ਚ ਸੇਤ ਦਾ ਕਿੰਨਾ ਵੱਡਾ ਮਤਵ ਹੈ ਤੇ ਯੋਗ ਇਦੇ ਚ ਕਿੰਨਾ ਵੱਡਾ ਮਾਧਿਅਮ ਹੈ ਲੋਕ ਇਹ ਮਹਿਸੂਸ ਕਰ ਰਹੇ ਨੇ ਜੀ ਯੋਗ ਕਰਨੈ ਸਰੀਰਿਕ ਅਧਿਆਤਮਿਕ ਤੇ ਬੌਧਿਕ ਕਲਿਆਣਗੀ ਵੀ ਕਿੰਨਾ ਬੜਾਵਾ ਮਿਲਦਾ ਹੈ ਦੁਨੀਆ ਦੇ ਅਵਲ ਕਾਰੋਬਾਰੀਆਂ ਥਮ ਲਈਏ ਫਿਲਮ ਤੇ ਖੇਡ ਸ਼ਖਸੀਅਤਾਂ ਤੱਕ ਵਿਦਿਆਰਥੀਆਂ ਥਮ ਲਈਏ ਆਮ ਮਾਨਵਾਂ ਤੱਕ ਸਭੈ ਯੋਗ ਕੀ ਆਪਣੇ ਜੀਵਨ ਦਾ ਅੰਤਰੋਟ ਸਬਨਾ ਕਰ ਦਿਨ ਮੇਕੀ ਪੂਰਾ ਵਿਸ਼ਵਾਸ ਹੈ ਜੇ ਦੁਨੀਆ ਪਰ ਅਜੇ ਯੋਗ ਦੀ ਵੱਧਦੀ ਲੋਕਪ੍ਰੀਤਾ ਕੀ ਦਿਖੀ ਹੈ ਤੁਸੇ ਸਭਨੇ ਕੀ ਬੜਾ ਖਰਾ ਲਗਦਾ ਹੋਗ ਸਾਥਿਓ ਇਸ ਬਾਰੀ ਦੇਸ਼ ਵਿਦੇਸ਼ ਚ ਯੋਗ ਦਿਵਸ ਪਰ ਓਨੇ ਆਲੀ ਕਿਛ ਬੜੀ ਇਨੋਵੇਟਿਵ ਮਿਸਾਲੇ ਦੇ ਬਾਰੇ ਚ ਮੇਗੀ ਜਾਣਕਾਰੀ ਮਿਲੀ ਹੈ ਇੰਦੇ ਚ ਇੱਕ ਹੈ ਗਾਰਡੀਅਨ ਰਿੰਗ ਇੱਕ ਬੜਾ ਗਾ ਅਨੋਖਾ ਕਾਰਜਕ੍ਰਮ ਹੋਗ ਇਦੇ ਚ ਮੂਵਮੈਂਟ ਆਫ ਸਨ ਦਾ ਜਸ਼ਨ ਮਨਾਇਆ ਜਾਗ ਯਾਨੀ ਸੂਰਜ ਜੀਆਂ ਜੀਆਂ ਯਾਤਰਾ ਕਰੋਗ ਧਰਤਾ ਦੇ ਬਖ ਬਾਕੀ ਸੰਥਮਾਂ ਅਸ ਯੋਗ ਦੇ ਰਾਏ ਉਹਦਾ ਸਵਾਗਤ ਕਰਕੇ ਬਕ ਬਕ ਮੁਲਕਾਂ ਚ ਭਾਰਤੀ ਮਿਸ਼ਨ ਉਥੇ ਦੇ ਮਕਾਮੀ ਸਮੇਂ ਮੁਤਾਬਕ ਸੂਰਜोदय ਦੇ ਬਿਲੇ ਯੋਗ ਕਾਰਜਕ੍ਰਮ ਆਯੋਜਿਤ ਕਰਨਨ ਇੱਕ ਮੁਲਕ ਦੇ ਬਾਅਦ ਦੂਗੇ ਮੁਲਕਾ ਥਮਾ ਕਾਰਜਕ੍ਰਮ ਸ਼ੁਰੂ ਹੋਗ ਪੂਰਬ ਥਮਾ ਪੱਛਮ ਤੱਕਰ ਲਗਾਤਾਰ ਯਾਤਰਾ ਚਲਦੀ ਰਹੂਗ ਵੀ ਇੰਆ ਗਏ ਇਹ ਅੱਗੇ ਵੱਧਦਾ ਰਹੂਗ ਇਨੇ ਕਾਰਜਕ੍ਰਮ ਦੀ ਸਟ੍ਰੀਮਿੰਗ ਵੀ ਇਸਿਆ ਚਾਲੀ ਇੱਕ ਦੇ ਬਾਅਦ ਇੱਕ ਜੁੜਦੀ ਜਾਗ ਯਾਨੀ ਇਹ ਇੱਕ ਚਾਲੀ ਦਾ ਰਿਲੇ ਯੋਗ ਸਟ੍ਰੀਮਿੰਗ ਕਾਰਜਕ੍ਰਮ ਹੋਗ उस भी इसी पक् देख इस बारी अमृत महोत्सव के ध्यान रखते हुए देसै दिए प्रमुख थारें पर भी अंतर्राष्ट्रीय योग दिवस का आयोजन होगा इस मौके पर कई संगठन देशवासी अपने अपने स्तर पर अपने अपने इलाके की खास थरें पर किश ना कि -केश इनोवेटिव करने की तैयारी करा करते हैं तुंद शा भी गुजारिश करँ इस बारी योग दिवस मनाने ले। तुस अपने शहर ਕਸਬੇ ਜਾਂ ਗ੍ਰਾਂਵ ਦੀ ਕੁਸੇ ਐਸੀ ਥਾਰ ਚੁਨੋ ਜਿਹੜੀ ਸਭਨੇ ਸ਼ਾ ਖਾਸ ਹੋ ਹੈ ਇਹ ਜਗਾ ਕੋਈ ਪ੍ਰਾਚੀਨ ਮੰਦਿਰ ਤੇ ਸੱਲਸਫਾ ਕੇਂਦਰ ਹੋ ਹੀ ਸਕਦਾ ਹੈ ਜਾਂ ਭੀ ਕੁਸੇ ਮਸ਼ਹੂਰ ਨਦੀ ਛੀਲ ਜਾਂ ਤਲਾਹ ਦਾ ਕੰਡਾ ਵੀ ਹੋ ਹੀ ਸਕਦਾ ਹੈ ਇਹਦੇ ਕੰਨਾ ਯੋਗ ਦੇ ਕੰਨੋ ਕੰਨੀ ਤੁੰਦੇ ਇਲਾਕੇ ਦੀ ਪਛਾਣ ਵੀ ਬਦੁਗ ਤੇ ਸੱਲਸਫਾ ਕੀ ਵੀ ਬੜਾਵਾ ਮਿਲੋਗ ਇਸ ਬਿਲੇ ਯੋਗ ਦਿਵਸ ਕੀ ਲਈਏ 100 ਦਿਨੇ ਦਾ ਕਾਊਂਟਡਾਊਨ ਵੀ ਜਾਰੀ ਹੈ ਜਾਂ ਇੰਆ ਅਖਚੇ ਜੇ ਨਿਜੀ ਇਸ ਸਮਾਜੀ ਜਤਨੇ ਕਰਨੇ ਜੁੜੇ ਦੇ ਕਾਰਜਕ੍ਰਮ ਤ੍ਰੈ ਮਹੀਨੇ ਪਹਿਲੇ ਗਰਮ ਬੋਈ ਚੁਕੇ ਦਿਨ ਜਿਹਾਂ ਜੇ ਦਿੱਲੀ ਚ 100ਵੇਂ ਦਿਨ ਤੇ 75ਵੇਂ ਦਿਨ ਦੇ ਕਾਊਂਟਡਾਊਨ ਕਾਰਜਕ੍ਰਮ ਹੋਇਨ ਉਥੇ ਅਸਮ ਦੇ ਸ਼ਿਵ ਸਾਗਰ ਚ 50ਵੇਂ ਤੇ ਹਦਰਾਬਾਦ ਚ 50ਵੇਂ ਕਾਊਂਟਡਾਊਨ ਕਾਰਜਕ੍ਰਮ ਆਯੋਜਿਤ ਕੀਤੇ ਗਏ ਮੇਚਾਂਗ ਜੇ ਤੁਸ ਵੀ ਆਪਣੇ ਇਥੇ ਉਹਨਿਤਮਾ ਯੋਗ ਦਿਵਸਤਿਆਂ ਤਿਆਰੀਆਂ ਸ਼ੁਰੂ ਕਰੀ ਦਿਓ ਮਤੇਸ਼ਾ ਮਤੇ ਲੋਕਾਂ ਕੰਨ ਮਿਲੋ ਅਰ ਕੁਸਾਗੀ ਯੋਗ ਦਿਵਸ ਦੇ ਕਾਰਜਕ੍ਰਮ ਚ ਜੁੜਨ ਲਈ ਗੁਜ਼ਾਰਿਸ਼ ਕਰੋ ਪ੍ਰੇਰਿਤ ਕਰੋ ਮੈਂ ਕੀ ਪੂਰਾ ਭਰੋਸਾ ਹੈ ਜੇ ਤੂੰ ਸਭ ਹੈ ਯੋਗ ਦਿਵਸ ਚ ਬਦੀ ਚੜੀਏ ਹਿੱਸਾ ਲੱਗੇ ਕੰਨਾਂ ਗਾ ਯੋਗ ਕੀ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਚ ਵੀ ਅਪਣਾਗੇ ਸਾਥੀਓ ਕਿਛ ਦਿਨ ਪਹਿਲੇ ਮੈਂ ਜਾਪਾਨ ਗਿਆ ਖਾ ਆਪਣੇ ਕਈ ਕਾਰਜਕ੍ਰਮਾਂ ਬਿਸ਼ਕਾਰ ਮਿਗੀ ਕਿਛ ਸ਼ਾਨਦਾਰ ਸ਼ਖਸੀਅਤਾਂ ਕੰਨੇ ਮਲਾਟੀ ਦਾ ਮੌਕਾ ਮਿਲਿਆ ਮੈਂ ਮਨ ਕੀ ਬਾਤ ਚ ਤੁੰਦੇ ਕੰਨੇ ਉੰਦੇ ਬਾਰੇ ਚ ਚਰਚਾ ਕਰਨਾ ਚਾਹਨਾ ਉਹ ਲੋਕ ਐ ਤੇ ਜਾਪਾਨ ਦੇ ਪਰ ਪਰ ਦੇ ਪ੍ਰਤੀ ਇੰਦੇ ਚ ਗਜ਼ਬ ਦਾ ਲਗਾਅ ਤੇ ਈਰਖ ਹੈ ਇੰਦੇ ਚ ਇੱਕ ਨਾ ਹੀਰੋਸ਼ੀ ਕੋਇਕੇਜੀ ਜਿਹੜੇ ਇੱਕ ਮੰਨੇ ਪਰਮੰਨੇ ਦੇ ਆਠ ਡਾਇਰੈਕਟਰ ਨ ਤੁਸੀਂ ਕੀ ਇਹ ਜਾਣੀਏ ਬੜੀ ਗੈ ਖੁਸ਼ੀ ਹੋਕ ਜੇ ਇਹਨੇ ਮਹਾਰਤ ਪ੍ਰੋਜੈਕਟ ਕੀ ਡਾਇਰੈਕਟ ਕੀਤਾ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੰਬੋਡੀਆ ਚੋਂ ਹੀ ਤੇ ਪਿਛਲੇ 9 ਬਰਾਂਤਾਂ ਮਾ ਇਹ ਲਗਾਤਾਰ ਜਾਰੀ ਹੈ ਹੀਰੋਸ਼ੀ ਕੋਇਕੇਜੀ ਹਰ ਕੰਮ ਬੜੇ ਗੈ ਬਖ ਤਰੀਕੇ ਕੰਨੇ ਕਰਦੇ ਨ ਉਹ ਅਰਬਰੇ ਏਸ਼ੀਆ ਦੇ ਕੁਝ ਮੁਲਕ ਦੀ ਯਾਤਰਾ ਕਰਦੇ ਨ ਤੇ ਉਥੇ ਮਕਾਮੀ ਕਲਾਕਾਰ ਤੇ ਸੰਗੀਤਕਾਰੇ ਕਨ ਮਾਂਪਾਰਤ ਦੇ ਕਿਸ਼ ਇਸ ਸੰਗੀ ਪ੍ਰਸਤੁਤ ਕਰਦੇ ਨ ਇਸ ਪ੍ਰੋਜੈਕਟ ਦੇ ਰਾਹੀਂ ਉਹਨੇ ਪਾਰਤ ਕੰਬੋਡੀਆ ਤੇ ਇੰਡੋਨੇਸ਼ੀਆ ਸਮੇਤ ਨਵ ਮੁਲਕਾਂ ਚ ਪ੍ਰੋਡਕਸ਼ਨ ਕੀਤੇ ਨ ਤੇ ਸਟੇਜ ਪਰਫਾਰਮੈਂਸ ਵੀ ਦਿੱਤੀ ਹੈ 히রোਸ਼ੀ ਕੋਇਕੇ ਜੀ ਔਕੜੇ ਕਲਾਕਾਰਾਂ ਗੀ ਇਕੱਠੇ ਆਣਦੇ ਨ ਜਿੰਦੀ ਕਲਾਸਿਕਲ ਤੇ ਰਿਵਾਇਤੀ ਏਸ਼ੀਆਈ ਪਰਫਾਰਮਿੰਗ ਆਰਟ ਚ ਬਨਸ ਬੰਤਾ ਲਈ ਪਿਸ਼ਟਪੂਮੀ ਰਹੀ ਹੈ ਇਸ ਵਜ੍ਹਾ ਕਰੀ ਉਹਦੇ ਕੰਮਾਂ 'ਚ ਬਨਸ ਬਨਨੇ ਰੰਗ ਦਿਖਨੇ ਕੀ ਮਿਲਦੇ ਨੇ ਇੰਡੋਨੇਸ਼ੀਆ, థਾਈਲੈਂਡ, ਮਲੇਸ਼ੀਆ ਤੇ ਜਾਪਾਨ ਦੇ ਕਲਾਕਾਰ ਜਾਵਾ ਨ੍ਰਿਤਯ, ਬਾਲੀ ਨ੍ਰਿਤਯ, థਾਈ ਨ੍ਰਿਤਯ ਦਿਨਾਂ ਇਸੀ ਔਰ ਆਕਰਸ਼ਕ ਬਨਾਈ ਦਿੰਦੇ ਨੇ। ਖਾਸ ਗੱਲ ਇਹ ਹੈ ਜੇ ਇੰਦੇ 'ਚ ਹਰ ਇੱਕ ਕਲਾਕਾਰ ਆਪਣੀ ਗੈ ਮਾਤਰੀ ਭਾਸ਼ਾ 'ਚ ਬੋਲਦਾ ਹੈ ਤੇ ਕੋਰੀਓਗ੍ਰਾਫੀ ਬੜੀ ਗੈ ਖੂਬਸੂਰਤੀਕੰ ਹੈ ਇਸ ਬਨਸ ਬਨਤਾ ਕੀ ਪ੍ਰਦਰਸ਼ਿਤ ਕਰਦੀ ਹੈ ਤੇ ਸੰਗੀਤ ਦੀ ਬਨਸ ਬਨਤਾ ਇਸ ਪ੍ਰੋਡਕਸ਼ਨ ਕੀ ਔਰ ਜੀਵੰਤ ਬਨਾਈ ਦਿੰਦੀ ਹੈ। ਹੁੰਦਾ ਮਕਸਦ ਇਸ ਗੱਲ ਹੈ ਕਿ ਸਾਹਮਣੇ ਆਨਣਾ ਜੇ ਸਾਡੇ ਸਮਾਜ ਚ ਬੰਸਬੰਤਾ ਤੇ ਰਲ ਮਿਲ ਕੇ ਰਹਿਣੇ ਦਾ ਕੀ ਮਤਵ ਹੈ ਤੇ ਇਮਾਨਦਾਰੀ ਦਾ ਰੂਪ ਅਸਲ ਚ ਕਿੰਨੀਆ ਉਹਨਾਂ ਲੋਟ ਚ ਦਾ। ਇੰਦੇ ਅਲਾਵਾ ਮੈਂ ਜਾਪਾਨ ਚ ਜਿਹੜੇ ਔਰ ਦੋ ਲੋਕਾਂ ਕਾ ਨ ਮਿਲਿਆ ਓਨ ਆਤਸੂਸ਼ੀ ਮਾਚੂਓਜੀ ਤੇ ਕੇਨਜੀ ਯੋਸ਼ੀਜੀ ਇਹ ਦੋਨੇ ਗਏ ਟੀਈਐਮ ਪ੍ਰੋਡਕਸ਼ਨ ਕੰਪਨੀ ਕਨਾਂ ਜੁੜੇ ਦਿਨ। ਇਸ ਕੰਪਨੀ ਦਾ ਸਰਬੰਧ ਰਮਾਇਣ ਦੀ ਉਸ ਜਾਪਾਨੀ ਐਨੀਮੇਸ਼ਨ ਫਿਲਮ ਕਰਨੇ ਹੈ ਜਿਹੜੀ 1993 ਚ ਜਾਰੀ ਹੋਈ ਸੀ ਇਹ ਪ੍ਰੋਜੈਕਟ ਜਾਪਾਨ ਦੇ ਬੜੇ ਗਏ ਮਸ਼ਹੂਰ ਫਿਲਮ ਡਾਇਰੈਕਟਰ ਯੂਗੋ ਸਾਕੋਜੀ ਉੰਦੇ ਕਰਨ ਜੁੜੇਦਾ ਹੈ ਕਰੀਬ 40 ਬਰੇ ਪਹਿਲੇ 1983 ਚ ਉਹਨੇ ਕਿ ਪਹਿਲੀ ਵਾਰੀ ਰਮਾਇਣ ਦੇ ਬਾਰੇ ਚ ਪਤਾ ਲੱਗਾ ਹ ਰਮਾਇਣ ਉੰਦੇ ਦਿਲਾਂ ਕੀ ਛੂਹੀ ਗਈ ਜਿਹਦੇ ਪ੍ਰੰਤ ਉਹਨੇ ਇਸ ਪਰ ਗਹਿਾਈ ਕਨੇ ਸ਼ੋਧ ਸ਼ੁਰੂ ਕਰੀ ਦਿੱਤਾ ਇੰਨਾ ਗ ਨਹੀਂ ਉਹਨੇ ਜਾਪਾਨੀ ਭਾਸ਼ਾ ਚ ਰਮਾਇਣ ਦੇ 10 ਸੰਸਕਰਨ ਪੜੀ ਦਿੱਤੇ ਤੇ ਉਹ ਇੰਨੇ ਪਰਗਾ ਨਹੀਂ ਰੁਕੇ ਉਹ ਇਸੀ ਐਨੀਮੇਸ਼ਨ ਪਰ ਵੀ ਤਾਰਨਾ ਚਾਹੁੰਦੇ ਹਨ ਇਹਦੇ ਚ ਭਾਰਤੀ ਐਨੀਮੇਟਰਸ ਨੇ ਵੀ ਉੰਦੀ ਬੜੀ ਮਦਦ ਕੀਤੀ ਉਹਨੇ ਕੀ ਫਿਲਮ ਚ ਦੱਸੇਗੇ ਦੇ ਭਾਰਤੀ ਰੀਤੀ ਰਿਵਾਜੇ ਤੇ ਪਰੰਪਰਾਹਾਂ ਦੇ ਬਾਰੇ ਚ ਮਾਰਗਦਰਸ਼ਿਤ ਕੀਤਾ ਗਿਆ ਉਹਨੇ ਕੀ ਦੱਸਿਆ ਗਿਆ ਜੇ ਪਾਰਚ ਲੋਕ ਤੋਤੀਕੀਆਂ ਲਾਂਦੇਨ ਸਾੜੀ ਕਿਆਂ ਪਾਂਦੇਨ ਬਾਲ ਕਿਆਂ ਬਣਾਉਂਦੇਨ ਬੱਚੇ ਪਰਵਾਰਾਂ ਅੰਦਰ ਇੱਕ ਦੂਏ ਦਾ ਮਾਨ ਸਨਮਾਨ ਕਿਆਂ ਕਰਦੇਨ ਸ਼ੀਰਵਾਦ ਦੀ ਪਰੰਪਰਾ ਕੀ ਹੁੰਦੀ ਹੈ ਵੱਡਲੇ ਉੱਠੀਏ ਆਪਣੇ ਕਰਦੇ ਜਿਹੜੇ ਵੱਡੇ ਨੇ ਉਹਨੇ ਕੀ ਪ੍ਰਣਾਮ ਕਰਨਾ ਉਹਦੇ ਸ਼ੀਰਵਾਦ ਲੈਣਾ ਇਹ ਸਾਰੀ ਗੱਲਾਂ ਉਨ ਤਰੀ ਬਰੇਮ ਪ੍ਰੈਂਤ ਇਹ ਐਨੀਮੇਸ਼ਨ ਫਿਲਮ ਪਰਤੀਏ 4G ਚ ਰੀਮਾਸਟਰ ਕੀਤੀ ਜਾ ਕਰਦੀ ਹੈ ਇਸ ਪ੍ਰੋਜੈਕਟ ਦੇ ਤਾਲਿੰਗ ਸਬੂਰਾ ਉਹਨੇ ਦੀ ਮਿਹਨਤ ਹੈ ਸਾਡੇ ਕੋਲ 14 ਕਿਲੋਮੀਟਰ ਦੂਰ ਜਾਪਾਨ ਚ ਬੈਠੇ ਦੇ ਲੋਕ ਜਿਹੜੇ ਨਾ ਸਾਡੀ ਪਛਾਣ ਜਾਣਦੇ ਨੇ ਜਿਹੜੇ ਨਾ ਸਾਡੀ ਪਰੰਪਰਾਇਆਂ ਦੇ ਬਾਰੇ ਚ ਉਹਨਾਂ ਜਾਣਦੇ ਨੇ उन साड़ी संस्कृति ले समर्पण यह श्रद्धा ए सम्मान बड़ा सराहने योग है कुन हिन्दुस्तानी ए गर्व नहीं कर मेरे प्यारे देशवासियों स्वर उठिए समाज की सेवा का मंत्र सेल्फ फॉर सोसायटी का मंत्र संस्कारें का हिस्सा है सड़े अनगिनत लोग इस मंत्री अपने जीवन का धैया बनाइए बैठे न मि आध्र प्रदेश मर्कापुरम च रोने आए एक साथी ਰਾਮ ਭੂਪਾਲ ਰੈਡੀ ਜੀਮ ਦੇ ਬਾਰੇ ਚ ਜਾਣਕਾਰੀ ਮਿਲੀ ਤ ਉਸ ਜਾਨੀਏ ਰਣ ਰੇ ਜਾਗੇ ਜੇ ਰਾਮ ਭੂਪਾਲ ਰੈਡੀ ਜੀ ਉਹਰੇ ਰਿਟਾਇਰਮੈਂਟ ਤੇ ਬਾਅਦ ਮਿਲਣੇ ਵਾਲੀ ਆਪਣੀ ਸਾਰੀ ਕਮਾਈ ਤਿੰਗਾਂ ਦੀ ਸਿੱਖਿਆ ਲਈ ਦਾਨ ਕਰੀ ਦਿੱਤੀ ਹੈ ਉਹਨੇ ਕਰੀਬ-ਕਰੀਬ 100 ਤਿੰਗਾਂ ਲਈ ਸੁਕੰਨਿਆ ਸਮਰiddhi ਯੋਜਨਾ ਤਹਿਤ ਖਾਤੇ ਖੁਲਵਾਏ ਤੇ ਉਹਦੇ ਚ ਆਪਣੇ 5 ਲੱਖ ਥਮਾ ਮਤੀ ਰੁਪਏ ਜਮਾ ਕਰਵਾਏ ਦਿੱਤੇ ਨਹੀਂ ਗਏ ਸੇਵਾ ਦੀ ਇੱਕ ਹੋਰ ਮਿਸਾਲ ਯੂਪੀ ਚ ਆਗਰਾ ਦੇ ਕਚੌਰਾ ਗਰਾਂਦੀ ਕਈ ਬਰਾਂਤਾਂ ਇਸ ਗ੍ਰਾਂਚ ਮਿੱਠੇ ਪਾਣੀ ਦੀ ਕਿਲਤ ਸੀ ਇਸ ਵਿਚਕਾਰ ਗ੍ਰਾਂਧੇ ਕਕਰਸਾਨ ਕੁਮਰ ਸਿੰਘ ਦੀ ਗ੍ਰਾਂਥ ਮਾ 6-7 ਕਿਲੋਮੀਟਰ ਦੂਰ ਆਪਣੇ ਖੇਤਰਾ ਚ ਮਿੱਠਾ ਪਾਣੀ ਮਿਲੀ ਗਿਆ ਇਹ ਉਹਨਦੇ ਲਈ ਬੜੀ ਖੁਸ਼ੀ ਦੀ ਗੱਲ ਸੀ ਉਹਨੇ ਸੋਚਿਆ ਕਿ ਨਹੀਂ ਇਸ ਪਾਣੀ ਕਨਾਂ ਬਾਕੀ ਸਭ ਨੇ ਗ੍ਰਾਂ ਆਲਿੰਦੀ ਵੀ ਸੇਵਾ ਕੀਤੀ ਜਾ ਪਰ ਖੇਤਰਾਤ ਮਾ ਗ੍ਰਾਂਧ ਅਗਰ ਪਾਣੀ ਲਈ ਜਾਣੇ ਆਸਤੇ 332 ਲੱਖ ਰੁਪਏ ਲੋਟ ਚ ਦੇਹ ਕਿਸ਼ ਸਮੇਂ ਪ੍ਰਿੰਤ ਕੋਵਨ ਸਿੰਘ ਉਹਦੇ ਲੌਕੇਪਰਾ ਸ਼ਾਮ ਸਿੰਘ ਫੌਜ ਥਮਾ ਰਿਟਾਇਰ ਹੋਏ ਗ੍ਰਾਂਹ ਆਏ ਤਾਂ ਉਹਨੇ ਕੀ ਇੱਕ ਗੱਲ ਪਤਾ ਲੱਗੀ ਉਹਨੇ ਰਿਟਾਇਰਮੈਂਟ ਪਰ ਮਿਲੀਦੀ ਆਪਣੀ ਸਾਰੀ ਤਨ ਰਾਸ਼ੀ ਇਸ ਕੰਮ ਲਈ ਸੌਂਪੀ ਦਿੱਤੀ ਤੇ ਖੇਤਰ ਥਮਾ ਗ੍ਰਾਂਤ ਅਗਰ ਪਾਈਪਲਾਈਨ ਬਚਾਈ ਹੈ ਗ੍ਰਾਂਹ ਆਲੇ ਲਈ ਮਿੱਠਾ ਪਾਣੀ ਪਹੁੰਚਾਇਆ ਜੇਕਰ ਲਗਨ ਹੋਵੇ ਆਪਣੀ ਜ਼ਿੰਮੇਵਾਰੀਆਂ ਦੇ ਪ੍ਰਤੀ ਗੰਭੀਰਤਾ ਹੋਵੇ ਤਾਂ ਇੱਕ ਵਿਅਕਤੀ ਵੀ ਕਿੰਨਾ ਪੂਰੇ ਸਮਾਜ ਦਾ ਭਵਿੱਖ ਬਦਲੀ ਸਕਦਾ ਹੈ ਇਹ ਕੋਸ਼ਿਸ਼ ਇਹਦੀ ਵੱਡੀ ਪ੍ਰੇਰਨਾ ਹੈ ਅਸ ਜ਼ਿੰਮੇਵਾਰੀ ਦੀ ਬੱਤੇ ਪਰ ਟੁਰਦੀ ਹੋਈ ਹੈ ਸਮਾਜ ਕੀ ਸਸ਼ਕਤ ਕਰ ਸਕਨੀਆਂ ਦੇਸ਼ੇ ਕੀ ਸਸ਼ਕਤ ਕਰ ਸਕਨੀਆਂ ਆਜ਼ਾਦੀ ਦੇ ਇਸ ਅੰਮ੍ਰਿਤ ਮਹੋਤਸਵ ਚ ਇਹ ਸਾਡਾ ਸੰਕਲਪ ਹੋਣਾ ਚਾਹੀਦਾ ਤੇ ਇਹ ਸਾਡੀ ਸਾਧਨਾ ਵੀ ਹੋਣੀ ਚਾਹੀਦੀ ਤੇ ਜਿਹਦਾ ਇੱਕ ਗੈਰ ਰਸਤਾ ਹੈ ਕਰਤਵਯ ਕਰਤਵਯ ਤੇ ਕਰਤਵਯ ਮੇਰੇ ਪਿਆਰੇ ਦੇਸ਼ਵਾਸੀਓ ਅੱਜ ਮਨ ਕੀ ਬਾਤ ਚ ਅਸੀਂ ਸਮਾਜ ਕਰਨ ਜੁੜੇ ਦੇ ਕਈ ਮਹੱਤਵਪੂਰਨ ਵਿਸ਼ੇ ਪਰ ਚਰਚਾ ਕੀਤੀ ਤੁਸ ਸਭ ਬਖ ਬਖ ਵਿਸ਼ੇ ਕਰਨ ਜੁੜੇ ਦੇ ਮੱਤਪੁਰਨ ਸੁਝਾ ਮਿਗੀ ਪੇਜ ਦਿਓ ਤੇ ਉੰਦੀ ਗੇ ਬਿਨਾ ਉਪਰ ਸਾਡੀ ਚਰਚਾ ਅੱਗੇ ਵੱਧਦੀ ਹੈ ਮਨ ਕੀ ਬਾਤ ਦੇ ਅਗਲੇ ਸੰਸਕਰਨ ਲਈ ਆਪਣੇ ਸੁਝਾ ਪੇਜ ਨਾ ਵੀ ਨਹੀਂ ਪੁੱਲਿਓ ਇਸ ਬਿਲੇ ਆਜ਼ਾਦੀ ਦੇ ਅੰਮ੍ਰਿਤ ਮહોਤਸਵ ਕਰਨੇ ਜੁੜੇ ਦੇ ਜਿਹੜੇ ਕਾਰਜਕ੍ਰਮ ਚਲਾ ਕਰਦੇ ਨੇ ਜਿਹੜੇ ਆਯੋਜਨ ਚ ਤੁਸੀਂ ਸ਼ਾਮਲ ਹੋਆ ਕਰ ਦਿਓ ਉਹਦੇ ਬਾਰੇ ਚ ਵੀ ਮਿਗੀ ਪੱਕਾ ਗਾ ਦੱਸਿਓ ਨਮੂ ਐਪ ਤੇ ਮਾਈ ਗਵਰਨ ਪਰ ਮਿਗੀ ਤੁੰਦੇ ਸੁਝਾਏ ਦਾ ਇੰਤਜ਼ਾਰ ਰਾਉਗਾ ਅਗਲੀ ਬਾਰੀ ਆਸੀ ਇੱਕ ਬਾਰੀ ਪੀ ਮਿਲਗੇ ਪੀ ਦੇਸ਼ ਵਾਸੀਆਂ ਕਰਨੇ ਜੁੜੇ ਦੇ ਨੀਗ ਹੈ ਵਿਸ਼ੇ ਪਰ ਗੱਲਾਂ ਕਰਕੇ ਤੁਸ ਆਪਣਾ ਖਿਆਲ ਰੱਖੋ ਤੇ ਆਪਣੇ ਆਲੇ ਦੁਆਲੇ ਸਭ ਨੇ ਜੀਵ ਜੰਤੂਆਂ ਦਾ ਵੀ ਖਿਆਲ ਰੱਖੋ ਗਰਮੀਆਂ ਦੇ ਇਸ ਮੌਸਮ ਚ ਤੁਸ ਪਸ਼ੂ ਪੰਛੀਆਂ ਲਈ ਰੋਟੀ ਪਾਣੀ ਦੇਣੀ ਦੀ ਆਪਣੀ ਮਨੁੱਖੀ ਜ਼ਿੰਮੇਵਾਰੀ ਵੀ ਨਿਭਾਉਂਦੇ ਰਹੋ ਇਸ ਜ਼ਰੂਰ ਚੇਤਾ ਰੱਖਿਓ ਤਦੋਂ ਤੱਕ ਲਈ ਮਤਾ ਮਤਾ ਧੰਨਵਾਦ